ਕਮਾਨ ਬਿਨਾਂ ਹੁੰਦੇ ਦਸ ਤੀਰ ਕਿਸ ਕੰਮ ਦੇ, ਤੰਦਰੁਸਤੀ ਦੇ ਬਿਨਾਂ ਇਹ ਸਰੀਰ ਕਿਸ ਕੰਮ ਦੇ। ਤੰਦਰੁਸਤ ਸਰੀਰ ਅਤੇ ਤੰਦਰੁਸਤ ਦਿਮਾਗ ਦੀ ਉਦਾਹਰਣ ਨੇ ਸਰਦਾਰ ਸਾਧੂ ਸਿੰਘ, ਜਿਨ੍ਹਾਂ ਦਾ ਜਨਮ 15 ਅਪ੍ਰੈਲ 1943 ਨੂੰ ਪਿੰਡ ਧਰੌੜ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਬਚਪਨ ਤੋਂ ਹੀ ਖੇਡਾਂ ਵਿੱਚ ਰੁਚੀ ਰੱਖਣ ਵਾਲੇ ਸਾਧੂ ਸਿੰਘ ਦੀ ਕਸਰਤ ਅੱਜ ਵੀ ਜਾਰੀ ਹੈ। ਉਹਨਾਂ ਦਾ ਕਹਿਣਾ ਹੈ, ਜੇਕਰ ਸਰੀਰ ਤੰਦਰੁਸਤ ਹੋਵੇਗਾ ਤੇ ਦਿਮਾਗ ਤੰਦਰੁਸਤ ਹੋਵੇਗਾ। ਸਾਧੂ ਸਿੰਘ ਸ਼ਾਰਟਪੁੱਟ ਅਤੇ ਡਿਸਕ ਥਰੋ ਖਿਡਾਰੀ ਹਨ। ਉਹਨਾਂ ਨੇ 1961 ਵਿੱਚ 26ਵੀਂ ਨੈਸ਼ਨਲ ਅਥਲੈਟਿਕ ਚੈਂਪੀਅਨਸ਼ਿਪ PAP ਸਟੇਡੀਅਮ ਜਲੰਧਰ ਵਿੱਚ ਸ਼ਾਰਟਪੁੱਟ ਇਨ ਜੂਨੀਅਰਸ ਵਿੱਚ ਪਹਿਲਾ ਦਰਜਾ ਹਾਸਲ ਕੀਤਾ ਅਤੇ ਨੈਸ਼ਨਲ ਰਿਕਾਰਡ ਬਣਾਇਆ 41 ਫੁੱਟ 6.5 ਇੰਚ। ਇਸ ਤੋਂ ਬਿਨਾਂ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਉਹਨਾਂ ਨੇ ਸ਼ਾਰਟਪੁੱਟ ਅਤੇ ਡਿਸਕ ਥਰੋ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਬਹੁਤ ਸਾਰੇ ਇਨਾਮ ਜਿੱਤੇ। ਮੈਂ ਸਾਧੂ ਸਿੰਘ ਪਿੰਡ ਧਰੌੜ ਡਿਸਟ੍ਰਿਕਟ ਲੁਧਿਆਣਾ ਤੋਂ ਬੋਲਦਾ ਜੀ। ਮੈਂ ਬਚਪਨ ਤੋਂ ਹੀ ਪ੍ਰੈਕਟਿਸ ਕਰਦਾ ਰਿਹਾ। ਜਦੋਂ 1951 ਸਕੂਲ ਖੁੱਲ੍ਹੇ ਨੇ ਜਦ ਤੋਂ ਹੀ ਸ਼ਾਰਟਪੁੱਟ ਦੀ ਪ੍ਰੈਕਟਿਸ ਕਰਦਾ। 1961 ਦੇ ਵਿੱਚ 26ਵੀਂ ਨੈਸ਼ਨਲ ਅਥਲੈਟਿਕਸ ਜੋ ਜਲੰਧਰ ਹੋਈ ਆ, ਉਸ ਵੇਲੇ ਮੈਂ ਜੂਨੀਅਰ 'ਚ ਫਸਟ ਇੰਡੀਆ 'ਚੋਂ ਨੰਬਰ ਰਿਕਾਰਡ ਸੀ ਜੂਨੀਅਰ ਦਾ 41 ਫੁੱਟ 6.5 ਇੰਚ ਦਾ। ਉਸ ਤੋਂ ਬਾਅਦ ਫਿਰ ਖਾਲਸਾ ਆਪਣੇ ਜਦੋਂ ਪੰਜਾਬ ਸਪੋਰਟਸ ਮੀਟ ਹੋਈ ਆ ਆਪਣੇ ਸਕੂਲ ਗੇਮਸ, ਉਸ ਵੇਲੇ ਮੈਂ ਜ਼ਿਲ੍ਹੇ ਦੇ ਵਿੱਚੋਂ 4 ਈਵੈਂਟ ਮੇਰੇ ਪਹਿਲੇ ਨੰਬਰ 'ਤੇ ਸੀ 1962 ਦੇ ਵਿੱਚ ਸਰਦਾਰ ਕਾਲਜ ਦੇ ਵਿੱਚ DC ਸੂਬਾ ਸਿੰਘ ਉਸ ਵੇਲੇ ਪਹਿਲਾ ਪ੍ਰਾਈਜ਼ ਦੇ ਗਿਆ। ਉਸ ਤੋਂ ਬਾਅਦ ਮੈਂ ਡਿਵੀਜ਼ਨ ਦੇ ਵਿੱਚ ਜਲੰਧਰ ਡਿਵੀਜ਼ਨ, ਉਸ ਵੇਲੇ 3 ਡਿਵੀਜ਼ਨਾਂ ਸੀ ਪੰਜਾਬ ਦੀਆਂ, ਅਤੇ ਉਹ ਜਲੰਧਰ ਡਿਵੀਜ਼ਨ 'ਚ ਫਸਟ ਆਇਆ ਸ਼ਾਰਟਪੁੱਟ 'ਚ ਡਿਸਕਸ 'ਚ। ਉਦੋਂ ਬਾਅਦ ਫਿਰ ਭੋਪਾਲ ਗਏ, ਭੋਪਾਲ ਮੈਂ ਪਹਿਲੇ ਨੰਬਰ 'ਤੇ ਸੀ ਸ਼ਾਰਟਪੁੱਟ ਦੇ ਵਿੱਚ। ਫਿਰ ਖਾਲਸਾ ਕਾਲਜ ਅੰਮ੍ਰਿਤਸਰ ਮੈਂ ਦਾਖਲ ਰਿਹਾ, ਉੱਥੇ ਸ਼ਾਰਟਪੁੱਟ ਦੇ ਵਿੱਚੋਂ ਮੇਰੀ ਆਪਣੀ ਸੈਕਿੰਡ ਪੁਜੀਸ਼ਨ ਸੀ ਇੰਡੀਆ 'ਚੋਂ, ਅਤੇ ਹੈਮਰ ਦੇ ਵਿੱਚੋਂ ਮੇਰੀ 3rd ਪੁਜੀਸ਼ਨ ਸੀ, ਅਤੇ ਪੰਜਾਬ ਯੂਨੀਵਰਸਿਟੀ 'ਚੋਂ ਮੇਰੀ 1st ਪੁਜੀਸ਼ਨ ਸ਼ਾਰਟਪੁੱਟ ਦੇ ਵਿੱਚੋਂ। ਮੇਰੀ ਇਸ ਵੇਲੇ ਉਮਰ ਜੀ 75 ਸਾਲ ਦੀ ਆ, ਅਤੇ ਮੈਨੂੰ ਹਜੇ ਵੀ ਖੇਡ ਦਾ ਬਹੁਤ ਜਜ਼ਬਾ ਅਤੇ ਰੋਜ਼ ਜੋਸ਼ ਆ, ਵੀ ਜੋ ਦੇਖਦੇ ਹਾਂ ਪੁਰਾਣੇ ਅਥਲੀਟਾਂ ਨੂੰ ਵੀ ਜਾਂ ਉਹਨਾਂ ਨੂੰ ਦੇਖ ਕੇ ਵੀ ਹਜੇ ਮੈਂ ਪ੍ਰੈਕਟਿਸ ਕਰਾਂ, ਗਰਾਊਂਡ 'ਚ ਜਾਵਾਂ, ਸਵੇਰੇ ਉੱਠ ਕੇ ਨੱਠਾਂ। ਅੱਜ ਕੱਲ੍ਹ ਬੱਚਿਆਂ ਨੂੰ ਇਹੀ ਆ ਸਿੱਖਿਆ ਵੀ ਭਾਈ ਆਪਣੀ ਜਦੋਂ ਸਿਹਤ ਤੁਹਾਡੀ ਸਹੀ ਹੋਊਗੀ ਤਾਂ ਤੁਹਾਡਾ ਦਿਮਾਗ ਵੀ ਪ੍ਰਫੁੱਲਿਤ ਹੋਊਗਾ, ਚੁਸਤੀ ਫੁਸਤੀ ਸਾਰਾ ਕੁਛ ਤੁਹਾਡੇ ਹੋਊਗਾ, ਅਤੇ ਬਾਹਰ ਵੀ ਤੁਹਾਡੀ ਇੱਜ਼ਤ ਹੋਊਗੀ, ਜਿੱਥੇ ਤੁਸੀਂ ਜਾਏਗੇ ਨੌਕਰੀ ਵੀ ਤੁਹਾਨੂੰ ਮਿਲਣੀ ਆ ਸਪੋਰਟਸ ਬੇਸ 'ਤੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਵੀ 75 ਸਾਲਾਂ ਦੀ ਉਮਰ ਵਿੱਚ ਉਹ ਸਰਗਰਮ ਹਨ ਅਤੇ ਰੋਜ਼ ਕਸਰਤ ਕਰਦੇ ਹਨ। ਉਹ ਆਪਣੀ ਉਮਰ ਅਤੇ ਵਰਗ ਦੇ ਸ਼ਾਰਟਪੁੱਟ ਅਤੇ ਡਿਸਕ ਥਰੋ ਮੁਕਾਬਲਿਆਂ ਵਿੱਚ ਅੱਜ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।